सप्प कदे बदला नहीं लैंदा, सप्प कदे फोटो नहीं खिंचदा, कोई उहदे कैमरा नहीं लग्गिया अक्खां दे विच, सप्प जिहड़ा तुहाडा पिछा नहीं करदा वी जे मैं इत्थे खड़ा तां सप्प उत्थे बैठा तां मेरे कोले नहीं आऊगा, तां सप्प दा बीन नाल भी कोई संबंध नहीं हैगा क्योंकि उहदे कन्न नहीं हुंदे। सप्प इंसान नूं मारन वास्ते नहीं पैदा होया। स्नेक जिहड़ा हैगा उह एक साल दे विच तकरीबन 600 तों वध तां चूहे खा जांदा, ਅਸੀਂ ਸਾਰਿਆਂ ਨੂੰ ਇੱਕੋ ਹੀ ਵਾਰੀ ਚ ਮਾਰੀ ਜਾਂਦੇ। ਗੱਲ ਕਰ ਰਹੇ ਆ ਕਾਮਨ ਕ੍ਰੇਜ਼ ਸੱਪ ਦੀ। ਇਹਦਾ ਮੂੰਹ ਹੈ ਜਿਹੜਾ ਉਹ ਗੁਲਾਬੀ ਰੰਗ ਦਾ ਹੋਏਗਾ ਤੇ ਬੜਾ ਸ਼ਾਂਤ ਸੁਸਤ ਸੁਭਾਅ ਦਾ ਸੱਪ ਹੈ, ਦਿਨੇ ਇਹ ਬਿਲਕੁਲ ਮੂਵਮੈਂਟ ਨਹੀਂ ਕਰਦਾ, ਰਾਤ ਨੂੰ ਇਹ ਬਹੁਤ ਜ਼ਿਆਦਾ ਫਰਕੀਲਾ ਹੋ ਜਾਂਦਾ। ਖਾਸ ਕਰ ਇਨਸਾਨੀ ਬੋਡੀ ਹੈ ਜਿਹੜੀ ਸਰੀਰ ਹੈ ਉਹਦੀ ਇਹਨੂੰ ਗਰਮੀ ਬੜੀ ਪਸੰਦ ਹੈ, ਤਾਂ ਇਹ ਬਿਸਤਰੇ 'ਚ ਆ ਜਾਂਦੇ ਨੇ, ਉੱਥੇ ਆ ਕੇ ਛੁਪ ਜਾਂਦੇ ਨੇ। ਇਹਦੇ ਦੰਦ ਬਹੁਤ ਜ਼ਿਆਦਾ ਮਾਹੀਨ ਹੁੰਦੇ ਆ, ਛੋਟੇ ਹੁੰਦੇ ਆ। ਹੁਣ ਕਾਮਨ ਕ੍ਰੇਜ਼ ਬਾਰੇ ਦੱਸਿਆ ਗਿਆ ਕਿ ਇਹ ਪਹਾੜਾਂ ਤੋਂ ਆ ਗਿਆ, ਪੰਜਾਬ 'ਚ ਨਹੀਂ ਪਾਇਆ ਜਾਂਦਾ ਸੀ ਜਾਂ ਮਾਲਵੇ 'ਚ ਨਹੀਂ ਪਾਇਆ ਜਾਂਦਾ ਸੀ, ਇਹ ਤਾਂ ਹੜ੍ਹਾਂ ਦੇ ਪਾਣੀ ਨਾਲ ਆ ਗਿਆ। ਬਿਲਕੁਲ ਝੂਠੀ ਜਾਣਕਾਰੀ ਹੈ, ਅਧੂਰੀ ਜਾਣਕਾਰੀ ਹੈ, ਬਿਲਕੁਲ ਗਲਤ ਜਾਣਕਾਰੀ ਹੈ। ਸੱਪ ਮਾਲਵਾ ਜਾਂ ਪੰਜਾਬ ਜਾਂ ਭਾਰਤ ਵਿੱਚ ਉਦੋਂ ਤੋਂ ਹੀ ਪਾਇਆ ਜਾਂਦਾ ਜਦੋਂ ਤੋਂ ਦੂਜੇ ਸੱਪ ਪਾਏ ਜਾਂਦੇ। ਜਾ ਕੇ ਦੇਖਦਾ ਵੀ ਕਿੱਥੇ ਜੀ ਸੱਪ, ਕਹਿੰਦੇ ਜੀ ਆਹ ਅਲਮਾਰੀ 'ਚ ਸੱਪ ਹੈ, ਉਹਦੇ ਮੂਹਰੇ ਜਾਂਦਾ ਧੂਫ ਦਿੱਤੀ ਵੀ ਹੁੰਦੀ ਆ ਗੂਗਲ ਦੀ, ਜਾਂ ਉੱਥੇ ਦੁੱਧ ਦਾ ਕਟੋਰਾ ਰੱਖਿਆ ਹੁੰਦਾ। ਮੈਂ ਕਿਹਾ ਜੀ ਆਹ ਕੀ ਕੀਤਾ, ਕਹਿੰਦੇ ਜੀ ਇਹ ਫਿਰ ਦੁੱਧ ਰੱਖਿਆ ਹੋਇਆ ਜੀ ਉਹ ਨਾਗ ਦੇਵਤਾ ਜੀ ਬਾਬਾ ਜੀ, ਨਾਗ ਵੀ ਨਹੀਂ ਨਾਂ ਵੀ ਨਹੀਂ ਲੈਂਦੇ, ਸੱਪ ਨਹੀਂ ਕਹਿੰਦੇ ਉਹ, ਬਾਬਾ ਜੀ ਇਹ ਫਿਰ ਬੈਠੇ ਨਾ ਦੁੱਧ ਰੱਖਿਆ। ਮੈਂ ਕਿਹਾ ਜੀ ਦੁੱਧ ਮੈਨੂੰ ਦੇ ਦਿਓ ਪੀਣ ਨੂੰ, ਮੈਂ ਇੰਨੀ ਭਟਾਈ ਕਰਕੇ। ਤਾਂ ਹੜ੍ਹਾਂ ਦੇ ਵਿੱਚ ਸਿਰਫ ਇੰਨੀ ਕੁ ਗੱਲ ਮਿਲਦੀ ਹੈ ਕਿ ਜਦੋਂ ਪਾਣੀ ਭਰ ਗਿਆ ਖੇਤਾਂ ਦੇ ਵਿੱਚ ਤਾਂ ਇਹ ਬਾਹਰ ਨਿਕਲ ਆਉਂਦੇ, ਇਹ ਸੁਰੱਖਿਅਤ ਥਾਂ ਲੱਭਦੇ ਨੇ ਆਪਦੇ ਲਈ। ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਸੱਪ ਨੇ ਉਹ ਇਨਸਾਨ ਦੇ ਮਿੱਤਰ ਹੁੰਦੇ ਨੇ ਕਿਉਂਕਿ ਜਿਹੜਾ ਇਹ ਸਾਈਕਲ ਚਲਾਇਆ ਹੋਇਆ ਹੈਗਾ, ਜਿਸ ਤਰ੍ਹਾਂ ਸੱਪ ਜਿਹੜੇ ਨੇ ਉਹ ਡੱਡੂ ਜਾਂ ਚੂਹੇ ਜਿਹੜੇ ਨੇ ਉਹ ਖਾ ਜਾਂਦੇ ਨੇ ਕਿਉਂਕਿ ਜਦੋਂ ਫਸਲਾਂ ਹੁੰਦੀਆਂ ਨੇ ਤਾਂ ਕਿਸਾਨ ਦੀਆਂ ਜਿਹੜੀਆਂ ਫਸਲ ਹੈ ਉਹ ਬੜੀ ਬਰਬਾਦ ਕਰ ਦਿੰਦੇ ਨੇ, ਚੂਹੇ ਬੜਾ ਆਤੰਕ ਮਚਾਉਂਦੇ ਨੇ। ਪਰ ਇਹ ਜਿਹੜਾ ਸੱਪ ਹੈ ਜਿੰਨਾ ਇਹ ਆਪਣਾ ਮਿੱਤਰ ਹੈ ਉਹਦੇ ਤੋਂ ਬਚਾਅ ਵੀ ਓਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਵੈਨਮਸ ਹੁੰਦਾ ਹੈ ਔਰ ਸੱਪ ਇਨਸਾਨ ਤੋਂ ਡਰਦਾ, ਇਨਸਾਨ ਸੱਪ ਤੋਂ ਡਰਦਾ, ਔਰ ਜਦੋਂ ਦੋਹਾਂ ਦਾ ਟੱਕਰਾ ਹੋ ਜਾਂਦਾ ਤਾਂ ਇਨਸਾਨ ਆਪਣਾ ਬਚਾਅ ਕਰਦਾ ਅਤੇ ਸੱਪ ਆਪਣਾ ਬਚਾਅ ਕਰਦਾ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਸੱਪ ਦੀ ਬੜੀ ਤਸਵੀਰ ਵਾਇਰਲ ਕੀਤੀ ਜਾ ਰਹੀ, ਬੜਾ ਦੇਖਣ 'ਚ ਤਾਂ ਖੂਬਸੂਰਤ ਸੱਪ ਹੈ ਉਹ ਕਿਉਂਕਿ ਉਹ ਸੁਰਖ ਕਾਲੇ ਰੰਗ ਦਾ, ਉੱਪਰ ਉਹਦੇ ਚਿੱਟੇ ਚਿੱਟੇ ਰੰਗ ਦੇ ਜਿਹੜੇ ਰਿੰਗਸ ਨੇ ਧਾਰੀਆਂ ਨੇ ਉਹ ਬਣੀਆਂ ਹੋਈਆਂ ਨੇ। ਪਰ ਕਿਹਾ ਜਾ ਰਿਹਾ ਹੈ ਕਿ ਉਸ ਸੱਪ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਹੁੰਦਾ ਹੈ, ਬੇਹੱਦ ਮਾਤਰਾ ਦੇ ਵਿੱਚ ਜਿਹੜਾ ਜ਼ਹਿਰ ਹੈ ਉਹ ਸੱਪ ਦੇ ਵਿੱਚ ਪਾਇਆ ਜਾਂਦਾ, ਔਰ ਉਸਨੂੰ ਬੰਗਾਲ ਕ੍ਰੇਤ, ਕਾਮਨ ਕ੍ਰੇਤ ਜਾਂ ਫਿਰ ਹੋਰ ਨਾਮਾਂ ਦੇ ਨਾਲ ਹੀ, ਕਿਉਂਕਿ ਜਿਵੇਂ ਜਿਵੇਂ ਉਹ ਅਲੱਗ ਅਲੱਗ ਥਾਵਾਂ 'ਤੇ ਪਾਇਆ ਜਾਂਦਾ ਹੈ ਕਲਾਈਮੇਟ ਦੇ ਹਿਸਾਬ ਦੇ ਨਾਲ ਅਤੇ ਉੱਥੋਂ ਦੀ ਬੋਲੀ ਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਨਾਮ ਹੈ ਉਹ ਵੀ ਬਦਲਦਾ ਜਾਂਦਾ ਹੈ। ਸੋ ਗੱਲ ਕਰ ਰਹੇ ਹਾਂ ਕਾਮਨ ਕ੍ਰੇਤ ਸੱਪ ਦੀ, ਜਿਹਨੂੰ ਕਿ ਕਿਹਾ ਜਾ ਰਿਹਾ ਕਿ ਇਹ ਸੱਪ ਹੜ੍ਹਾਂ ਦੇ ਦੌਰਾਨ ਬਿਆਸ ਦਰਿਆ ਦੇ ਰਾਹੀਂ ਪੰਜਾਬ ਦੇ ਵਿੱਚ ਐਂਟਰ ਕਰ ਗਿਆ, ਔਰ ਪੰਜਾਬ ਦੇ ਵਿੱਚ ਬੜਾ ਇਹ ਸੱਪ ਅੱਜ ਕੱਲ੍ਹ ਨਿਕਲ ਰਿਹਾ। ਔਰ ਕਹਿੰਦੇ ਨੇ ਕਿ ਇਹ ਸੱਪ ਦਾ ਜਿਹੜਾ ਸੁਭਾਅ ਹੈ ਬੜਾ ਸ਼ਾਂਤ ਸੁਭਾਅ ਆਉਂਦਾ ਹੈ, ਔਰ ਇਹ ਨਾ ਤਾਂ ਇਹ ਫਣ ਚੱਕੇ, ਔਰ ਜਿਹੜੇ ਇਹਦੇ ਦੰਦ ਹੁੰਦੇ ਨੇ ਬਹੁਤ ਹੀ ਬਰੀਕ ਦੰਦ ਹੁੰਦੇ ਨੇ, ਔਰ ਜਦੋਂ ਇਹ ਡੱਸਦਾ ਕਿਸੇ ਨੂੰ ਤਾਂ ਇਸ ਤਰ੍ਹਾਂ ਜਾਪਦਾ ਕਿ ਸ਼ਾਇਦ ਕੋਈ ਮੱਛਰ ਵਗੈਰਾ ਜਾਂ ਕੋਈ ਹੋਰ ਛੋਟਾ ਮੋਟਾ ਕੀੜਾ ਹੈ ਉਹ ਲੜ ਗਿਆ। ਇਸ ਵਿਸ਼ੇ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਗੁਰਵਿੰਦਰ ਸ਼ਰਮਾ ਜੀ। ਗੁਰਵਿੰਦਰ ਸ਼ਰਮਾ ਜੀ ਸਾਡੇ ਨਾਲ ਦਰਸ਼ਕਾਂ ਦੇ ਨਾਲ ਪਹਿਲਾਂ ਵੀ ਰੂਬਰੂ ਹੋ ਚੁੱਕੇ ਨੇ ਪਰਿੰਦੇ 'ਤੇ, ਜਦੋਂ ਇਹਨਾਂ ਨੂੰ ਸੱਪ ਡੱਸ ਗਿਆ ਸੀ ਤਾਂ ਉਦੋਂ ਮੁਲਾਕਾਤ ਤੁਹਾਡੀ ਕਰਾਈ ਸੀ ਅਸੀਂ ਹਸਪਤਾਲ ਦੇ ਵਿੱਚ, ਤਾਂ ਗੁਰਵਿੰਦਰ ਸ਼ਰਮਾ ਜੀ ਬਿਲਕੁਲ ਠੀਕ ਠਾਕ ਨੇ, ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿਉਂਕਿ ਪੰਜਾਬ ਦੇ ਇਹ ਕਾਫੀ ਮੰਨੇ ਪਰਮੰਨੇ ਸਨੇਕ ਕੈਚਰ ਨੇ, ਬਹੁਤ ਐਕਸਪੀਰੀਅੰਸ ਹੈ ਇਹਨਾਂ ਨੂੰ, ਬੜੀ ਚੰਗੀ ਤਰ੍ਹਾਂ ਜਿਹੜੀ ਸੱਪਾਂ ਦੀ ਪ੍ਰਵਿਰਤੀ ਆ ਉਹਨਾਂ ਨੂੰ ਜਾਣਦੇ ਨੇ। ਕਾਮਨ ਕ੍ਰੈਚ ਦੇ ਬਾਰੇ ਜਿਹੜੀਆਂ ਇੰਨੀਆਂ ਅਫਵਾਹਾਂ ਉੱਡ ਰਹੀਆਂ ਨੇ ਜਾਂ ਫੈਕਟ ਕੀ ਹੈ, ਅਸਲੀਅਤ ਕੀ ਹੈ, ਉਹਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅੱਜ ਸਾਡੇ ਨਾਲ ਪ੍ਰਤੀਕਿਰਿਆਵਾਂ ਲੋਕ ਦੇ ਰਹੇ ਨੇ ਆਪਣੇ ਆਪਣੇ ਵੱਲੋਂ, ਤਾਂ ਤੁਹਾਡੇ ਹਿਸਾਬ ਦੇ ਨਾਲ ਕਾਮਨ ਕ੍ਰੇਤ ਜਿਹੜਾ ਹੈਗਾ ਉਹਦਾ ਕਿਸ ਤਰ੍ਹਾਂ ਦਾ ਸੁਭਾਅ ਹੈ, ਕਿਉਂਕਿ ਤੁਸੀਂ ਬਹੁਤ ਸਾਲਾਂ ਤੋਂ ਇਸ ਯੂਨੋ ਫੀਲਡ ਦੇ ਵਿੱਚੋਂ ਸੱਪ ਫੜ ਰਹੇ ਹੋ, ਸੱਪਾਂ ਨੂੰ ਰੈਸਕਿਊ ਕਰ ਰਹੇ ਨੇ, ਤੁਹਾਡੇ ਹਿਸਾਬ ਦੇ ਨਾਲ ਕਾਮਨ ਕ੍ਰੈਚ ਨੂੰ ਤੁਸੀਂ ਕਿੰਨਾ ਕੁ ਜਾਣਿਆ ਹੈ ਉਹਦੇ ਸੁਭਾਅ ਨੂੰ ਜਾਂ ਫਿਰ ਕਿਸ ਤਰ੍ਹਾਂ ਦੀ ਪ੍ਰਜਾਤੀ ਹੈ? ਬਿਲਕੁਲ ਆਕਾਂਸ਼ਾ ਜੀ, ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਸੱਪ ਜਿਹੜਾ ਹੈਗਾ ਉਹ ਇਨਸਾਨੀ ਮਿੱਤਰ ਜੀਵ ਹੈ, ਕੁਦਰਤ ਦਾ ਬਣਾਇਆ ਹੋਇਆ ਇੱਕ ਜੀਵ ਹੈ। ਜਿਸ ਤਰ੍ਹਾਂ ਕੁਦਰਤ ਨੇ ਪੂਰੀ ਦੁਨੀਆ ਪੂਰੀ ਖਲਕਤ ਬਣਾਈ ਹੈ, ਹੋਰ ਜੀਵ ਜੰਤੂ ਖੂਬਸੂਰਤ ਪੰਛੀ ਜਾਂ ਖੂਬਸੂਰਤ ਜਾਨਵਰ ਬਣਾਏ ਨੇ, ਉਹਦੇ ਵਿੱਚ ਸੱਪ ਵੀ ਬਣਾਇਆ। ਪਰ ਜਿਹੜੀ ਅਧੂਰੀ ਜਾਣਕਾਰੀ ਜਾਂ ਲੋਕਾਂ ਨੂੰ ਉਹਦੇ ਬਾਰੇ ਪੂਰਾ ਪਤਾ ਨਹੀਂ ਜਾਂ ਇਹਦੇ ਬਾਰੇ ਗਿਆਨ ਨਹੀਂ,
ਉਹਦੇ ਕਰਕੇ ਜਿਹੜਾ ਸੱਪ ਨੂੰ ਜਿਹੜਾ ਹੈਗਾ ਇੱਕ ਖਲਨਾਇਕ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਉਹਦੇ ਬੈਨੀਫਿਟ ਨਹੀਂ ਦੇਖੇ ਜਾਂਦੇ ਵੀ ਕੀ ਨੇ ਕੋਈ ਸੱਪ ਇਨਸਾਨ ਨੂੰ ਮਾਰਨ ਵਾਸਤੇ ਨਹੀਂ ਪੈਦਾ ਹੋਇਆ ਕਿ ਸੱਪ ਨੂੰ ਪੈਦਾ ਭਗਵਾਨ ਨੇ ਇਸ ਕਰਕੇ ਕੀਤਾ ਸੀ ਵੀ ਤੂੰ ਇਨਸਾਨ ਨੂੰ ਮਾਰ ਨਾ ਤਾਂ ਇਨਸਾਨ ਉਹਦੀ ਖੁਰਾਕ ਹੈ ਨਾ ਇਨਸਾਨ ਨੂੰ ਮਾਰ ਕੇ ਉਹਦੀ ਕੋਈ ਉਹਨੂੰ ਕੋਈ ਮਿਲ ਜਾਣਾ ਕੁਛ ਇੱਕ ਸੱਪ ਦਾ ਡੰਗਣਾ ਇੱਕ ਫਿਤਰਤ ਹੈਗੀ ਹੈ ਤੇ ਇਨਸਾਨ ਜਿਹੜਾ ਹੈਗਾ ਸੱਪ ਨੂੰ ਆਪਦੇ ਡਰ ਕਰਕੇ ਮਾਰਿਆ ਸੱਪ ਤੋਂ ਕੋਈ ਉਹਨੂੰ ਇਹ ਨਹੀਂ ਪਤਾ ਕਿ ਮੈਨੂੰ ਖਤਰਾ ਹੈ ਕਿ ਨਹੀਂ ਲੇਕਿਨ ਉਹ ਇੰਨਾ ਪਤਾ ਕਿ ਉਹ ਆਪਦੇ ਉਹਦੇ ਅੰਦਰਲਾ ਡਰ ਹੈਗਾ ਸੋ ਉਹਦੇ ਡਰ ਕਰਕੇ ਜਿਹੜਾ ਸੱਪ ਨੂੰ ਇਨਸਾਨ ਜਿਹੜਾ ਹੈਗਾ ਮਾਰਦਾ ਹੁਣ ਗੱਲ ਜਿਹੜੀ ਕਾਮਨ ਕ੍ਰੇਜ ਦੀ ਚੱਲ ਰਹੀ ਹੈ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਕਿ ਸੋਸ਼ਲ ਮੀਡੀਆ ਤਕਰੀਬਨ ਜਦੋਂ ਕੋਈ ਖੋਲਦੇ ਆ ਤਾਂ ਉਹਦੇ ਉੱਤੇ ਜਿਹੜਾ ਹੈਗਾ ਹਰ ਇੱਕ ਅੱਧੀ ਦੂਜੀ ਤੀਜੀ ਜਿਹੜੀ ਜਾਣਕਾਰੀ ਹੈ ਉਹ ਸੱਪ ਬਾਰੇ ਕਾਮਨ ਕ੍ਰੇਤ ਬਾਰੇ ਦਿੱਤੀ ਹੋਈ ਹੈ ਔਰ ਦਿੱਤੀ ਵੀ ਉਹਨਾਂ ਲੋਕਾਂ ਨੇ ਹੈ ਜਿਨ੍ਹਾਂ ਦਾ ਇਸ ਫੀਲਡ ਦੇ ਨਾਲ ਕੋਈ ਸੰਬੰਧ ਨਹੀਂ ਜਿਹੜੇ ਵਾਈਲਡ ਲਾਈਫ ਬਾਰੇ ਕੁਛ ਵੀ ਨਹੀਂ ਜਾਣਦੇ ਉਹ ਲੋਕ ਜਿਹੜਾ ਹੈਗਾ ਕਿਸੇ ਦੀ ਸੁਣੀ ਗੱਲ ਕਿਸੇ ਦੀ ਲਿਖੀ ਗੱਲ ਨੂੰ ਜਿਹੜਾ ਹੈਗਾ ਆਪਦੇ ਵੱਲੋਂ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਬੈਠੇ ਨੇ ਅਤੇ ਉਹਨਾਂ 'ਚ ਜਿਹੜੇ ਤਾਂ ਜਾਗਰੂਕ ਹੈਗੇ ਨੇ ਉਹ ਸਰਚ ਵੀ ਮਾਰ ਲੈਂਦੇ ਨੇ ਦੇਖ ਲੈਂਦੇ ਨੇ ਅਤੇ ਨਹੀਂ ਫਿਰ ਉਸੇ ਚੀਜ਼ ਨੂੰ ਸੱਚ ਮੰਨ ਲੈਂਦੇ ਨੇ ਜਿਹੜਾ ਕਿਸੇ ਨੇ ਲਿਖਤਾ ਹੁਣ ਕਾਮਨ ਕ੍ਰੇਤ ਬਾਰੇ ਦੱਸਿਆ ਗਿਆ ਕਿ ਇਹ ਪਹਾੜਾਂ ਤੋਂ ਆ ਗਿਆ ਪੰਜਾਬ 'ਚ ਨਹੀਂ ਪਾਇਆ ਜਾਂਦਾ ਸੀ ਜਾਂ ਮਾਲਵੇ 'ਚ ਨਹੀਂ ਪਾਇਆ ਜਾਂਦਾ ਸੀ ਇਹ ਤਾਂ ਹੜ੍ਹਾਂ ਦੇ ਪਾਣੀ ਨਾਲ ਆ ਗਿਆ ਬਿਲਕੁਲ ਝੂਠੀ ਜਾਣਕਾਰੀ ਹੈ ਅਧੂਰੀ ਜਾਣਕਾਰੀ ਹੈ ਬਿਲਕੁਲ ਗਲਤ ਜਾਣਕਾਰੀ ਹੈ ਸੱਪ ਮਾਲਵਾ ਜਾਂ ਪੰਜਾਬ ਜਾਂ ਭਾਰਤ ਵਿੱਚ ਉਦੋਂ ਤੋਂ ਹੀ ਪਾਇਆ ਜਾਂਦਾ ਜਦੋਂ ਤੋਂ ਦੂਜੇ ਸੱਪ ਪਾਏ ਜਾਂਦੇ ਨੇ ਜਾਂ ਸਪੈਕਟੀਕਲਡ ਕੋਬਰਾ ਹੈ ਰਸਲ ਵਾਈਪਰ ਹੈ ਕਾਮਨ ਕ੍ਰੇਟ ਹੈ ਜਾਂ ਹੋਰ ਇੱਦਾਂ ਦੀਆਂ ਪ੍ਰਜਾਤੀਆਂ ਇਹ ਕੰਟੀਨਿਊ ਉਦੋਂ ਤੋਂ ਨਹੀਂ ਹੈ ਜਦੋਂ ਤੋਂ ਧਰਤੀ ਸਜੀ ਹੋਈ ਹੈ ਸੱਪ ਜਾਂ ਜੀਵ ਜੰਤੂ ਇਹਦੇ ਉੱਤੇ ਵੱਸ ਰਹੇ ਨੇ ਤਾਂ ਹੜ੍ਹਾਂ ਦੇ ਵਿੱਚ ਸਿਰਫ ਇੰਨੀ ਕੁ ਗੱਲ ਮਿਲਦੀ ਹੈ ਕਿ ਜਦੋਂ ਪਾਣੀ ਭਰ ਗਿਆ ਖੁੱਡਾਂ ਦੇ ਵਿੱਚ ਤਾਂ ਇਹ ਬਾਹਰ ਨਿਕਲ ਆਉਂਦੇ ਨੇ ਇਹ ਸੁਰੱਖਿਅਤ ਥਾਂ ਲੱਭਦੇ ਨੇ ਆਪਦੇ ਲਈ ਇੱਕ ਭੋਜਨ ਲੱਭਦੇ ਨੇ ਤਾਂ ਭੋਜਨ ਇਨਸਾਨ ਦੇ ਨੇੜੇ ਮਿਲੂਗਾ ਜਿੱਥੇ ਕਣਕ ਹੋਊਗੀ ਅਨਾਜ ਹੋਊਗਾ ਕੋਈ ਹੋਰ ਦਾਲਾਂ ਹੋਣਗੀਆਂ ਉੱਥੇ ਚੂਹੇ ਹੋਣਗੇ ਚੂਹਿਆਂ ਨੂੰ ਖਾਣ ਵਾਸਤੇ ਜਿਹੜਾ ਜੀਵ ਜੰਤੂ ਹੈ ਉਹ ਆਉਣਗੇ ਉਹਨਾਂ 'ਚ ਸੱਪ ਵੀ ਆ ਜਾਂਦੇ ਨੇ ਤਾਂ ਰਿਹਾਇਸ਼ ਲੱਭ ਲੈਂਦੇ ਨੇ ਇਨਸਾਨ ਉੱਥੇ ਜਾਂਦਾ ਉਹ ਇਨਸਾਨ ਨੂੰ ਨਹੀਂ ਪਤਾ ਵੀ ਉੱਥੇ ਸੱਪ ਬੈਠਾ ਹੈ ਸੱਪ ਨੂੰ ਲੱਗਦਾ ਕਿ ਮੈਨੂੰ ਕੋਈ ਵੱਡੀ ਜੀਵ ਮੇਰੇ ਤੋਂ ਵੱਡਾ ਦੇਹਧਾਰੀ ਕੋਈ ਚੀਜ਼ ਆ ਕੇ ਮੈਨੂੰ ਮਾਰਨ ਆ ਗਈ ਉਹਦੇ ਵੇਲੇ ਦੰਦੀ ਆ ਉਹਨੇ ਦੰਦੀ ਭਰ ਲੈਣੀ ਹੈ ਤਾਂ ਇਨਸਾਨ ਦੀ ਜਿਹੜੀ ਹੈਗੀ ਜੇ ਜ਼ਹਿਰੀਲਾ ਹੋਇਆ ਤਾਂ ਮੌਤ ਹੋ ਜਾਣੀ ਹੈ ਪਰ ਅਸੀਂ ਇਨਸਾਨ ਆਪ ਡਰਦੇ ਕਰਕੇ ਅਸੀਂ ਇਕੱਲੇ ਜ਼ਹਿਰੀਲੇ ਸੱਪਾਂ ਨੂੰ ਹੀ ਅਸੀਂ ਜਿਹੜੇ ਸਾਡੇ ਮਿੱਤਰ ਜੀਵ ਨੇ ਚਾਹੇ ਉਹ ਕੋਈ ਰੈਡ ਸਨੇਕ ਹੈ ਰੈਡ ਸਨੇਕ ਜਿਹੜਾ ਹੈਗਾ ਉਹ ਇੱਕ ਸਾਲ ਦੇ ਵਿੱਚ ਤਕਰੀਬਨ 600 ਤੋਂ ਵੱਧ ਤਾਂ ਚੂਹੇ ਖਾ ਜਾਂਦੇ ਤਾਂ ਅਸੀਂ ਸਾਰਿਆਂ ਨੂੰ ਇੱਕੋ ਹੀ ਵਾਰੀ 'ਚ ਮਾਰੀ ਜਾਂਦੇ ਹਾਂ ਵੀ ਸਾਨੂੰ ਸ਼ਾਇਦ ਇੱਦਾਂ ਹੈਗਾ ਵੀ ਸਾਨੂੰ ਵਰਦਾਨ ਮਿਲਿਆ ਵਾ ਵੀ ਅਸੀਂ ਸੱਪ ਨੂੰ ਖਤਮ ਕਰਨਾ ਜਦਕਿ ਮੈਂ ਕਈਆਂ ਨਾਲ ਗੱਲਬਾਤ ਹੁੰਦੀ ਹੈ ਕਿ ਯਾਰ ਸੱਪ ਨੇ ਤਾਂ ਸਾਡੇ ਪਿੰਡ ਬੰਦੇ ਨੂੰ ਮਾਰਤਾ ਸੀ ਇਸ ਕਰਕੇ ਅਸੀਂ ਸੱਪ ਨੂੰ ਮਾਰ ਦਿੰਦੇ ਹਾਂ ਤਾਂ ਮੈਂ ਇੱਥੇ ਇਹ ਕਹਿਣਾ ਹੁੰਦਾ ਅਗਲੇ ਨੂੰ ਵੀ ਕਿੰਨੇ ਕੁ ਬੰਦੇ ਇੱਕ ਪਿੰਡ 'ਚ ਮਰਦੇ ਆ ਇੱਕ ਸਾਲ 'ਚ ਸੱਪ ਨਾਲ ਅਤੇ ਕਿੰਨੇ ਬੰਦੇ ਰੋਡ ਐਕਸੀਡੈਂਟ ਨਾਲ ਮਰਦੇ ਆ ਇੱਕ ਪਿੰਡ 'ਚ ਇੱਕ ਸਾਲ ਦੇ ਵਿੱਚ ਜਾਂ ਇਹ ਕਿਹਾ ਜਾਵੇ ਵੀ ਜਦੋਂ ਆਪਾਂ ਬਿਜਲੀ ਨਾਲ ਲੱਗ ਕੇ ਕੋਈ ਕੰਮ ਕਰਦੇ ਹਾਂ ਕੋਈ ਬਿਜਲੀ 'ਚ ਦਾ ਕਰੰਟ ਆ ਗਿਆ ਤਾਂ ਆਪਣੇ ਕਿਸੇ ਅਜੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਅਸੀਂ ਬਿਜਲੀ ਦਾ ਬਾਈਕਾਟ ਕੀਤਾ ਕਾਰ ਦਾ ਕੋਈ ਐਕਸੀਡੈਂਟ ਹੋ ਗਿਆ ਬਾਈਕ ਦਾ ਹੋ ਗਿਆ ਕੀ ਅਸੀਂ ਉਸ ਬਾਈਕ ਜਾਂ ਉਸ ਗੱਡੀ ਦਾ ਬਾਈਕਾਟ ਕੀਤਾ ਜਦੋਂ ਨਹੀਂ ਕੀਤਾ ਤਾਂ ਫਿਰ ਸੱਪ ਵੀ ਇੱਕ ਜੀਵ ਹੈ ਕਿ ਐਕਸੀਡੈਂਟ ਹੋ ਗਿਆ ਤਾਂ ਮਾਰਿਆ ਜਾਂਦਾ ਤਾਂ ਕਾਮਨ ਕ੍ਰੇਤ ਵੀ ਜਿਹੜਾ ਹੈਗਾ ਉਹ ਇੱਦਾਂ ਦਾ ਸੱਪ ਹੈ ਜਿਹੜਾ ਆਮ ਮਿਲਦਾ ਔਰ ਪੰਜਾਬ ਦੇ ਵਿੱਚ ਪਾਇਆ ਜਾਂਦਾ ਸਰ ਤੁਸੀਂ ਲਾਜ਼ਮੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਐ ਨਹੀਂ ਹੈ ਵੀ ਹੁਣੇ ਹੜ੍ਹਾਂ ਦੇ ਦੌਰਾਨ ਆਇਆ ਪਹਿਲਾਂ ਵੀ ਪਾਇਆ ਜਾਂਦਾ ਸੀ ਕਿਉਂਕਿ ਤੁਸੀਂ ਵੀ ਇਨਕਾਊਂਟਰ ਤਾਂ ਜ਼ਰੂਰ ਕੀਤਾ ਹੀ ਹੋਣਾ ਇਸ ਦੇ ਨਾਲ ਇਸ ਸੱਪ ਦੇ ਨਾਲ ਇਨਕਾਊਂਟਰ ਹੋਏ ਹੋਣਗੇ ਜ਼ਰੂਰ ਅਤੇ ਤੁਸੀਂ ਇਹ ਦੱਸੋ ਕਿ ਇਹਦੀ ਦਿੱਖ ਕਿਸ ਤਰ੍ਹਾਂ ਦੀ ਹੁੰਦੀ ਹੈ ਦਿਖਾਈ ਕਿੱਦਾਂ ਦਾ ਦਿੰਦਾ ਔਰ ਜਿੱਦਾਂ ਕਿਹਾ ਜਾਂਦਾ ਹੈ ਕਿ ਇਹ ਬੜਾ ਸ਼ਾਂਤ ਸੁਭਾਅ ਹੈ ਫਨ ਨਹੀਂ ਚੱਕਦਾ ਹੈਗਾ ਸ਼ਾਇਦ ਉਸ ਚੀਜ਼ ਨੂੰ ਦੇਖ ਕੇ ਕਈ ਲੋਕ ਇਹ ਸਮਝਣ ਵੀ ਇਹ ਤਾਂ ਬਿਨਾਂ ਜ਼ਹਿਰ ਵਾਲਾ ਰਾਈਟ ਹੈ ਨਾ ਕਿ ਇੱਦਾਂ ਦੀ ਕੋਈ ਪਰਸੈਪਸ਼ਨ ਨਾ ਹੋ ਜਾਵੇ ਤਾਂ ਉਹਦੇ 'ਤੇ ਵੀ ਤੁਸੀਂ ਚਾਨਣ ਪਾਓ ਕਿ ਦਿਖਾਈ ਕਿਸ ਤਰ੍ਹਾਂ ਦਾ ਦਿੰਦਾ ਹੈ ਕਿ ਕਿੰਨੀ ਕੁ ਕਿੰਨਾ ਕੁ ਇਹ ਲੰਬਾ ਹੁੰਦਾ ਕਿੰਨੀ ਕੁ ਦੀ ਚੌੜਾਈ ਹੁੰਦੀ ਹੈ ਬਿਲਕੁਲ ਮੈਨੂੰ ਤਕਰੀਬਨ ਕਾਫੀ ਸਾਲ ਹੋ ਗਏ ਤਕਰੀਬਨ 15 ਸਾਲ ਹੋ ਗਏ ਜੀਵ ਜੰਤੂਆਂ ਦੇ ਨਾਲ ਵਾਹ ਪਏ ਨੇ ਤਾਂ ਸਨੇਕ ਰੈਸਕਿਊ ਕੀਤੇ ਨੇ ਹੁਣ ਤੱਕ ਹਜ਼ਾਰਾਂ ਜਿਹੜੇ ਹੈਗੇ ਆ ਸੱਪ ਆ ਜਿਹੜੇ ਰੈਸਕਿਊ ਕਰਕੇ ਜਿਹੜਾ ਵਾਤਾਵਰਨ ਦੇ ਵਿੱਚ ਛੱਡ ਚੁੱਕੇ ਆ ਇਹਨਾਂ ਦੇ ਆਪਦੇ ਇਨਵਾਇਰਮੈਂਟ ਦੇ ਵਿੱਚ ਆਬਾਦੀ ਤੋਂ ਦੂਰ ਛੱਡ ਚੁੱਕੇ ਆ ਤਾਂ ਕਾਮਨ ਕ੍ਰੇਤ ਦੇ ਨਾਲ ਵੀ ਵਾਹ ਪਿਆ ਕਾਮਨ ਕ੍ਰੇਤ ਵੀ ਦਰਜਨਾਂ ਸੱਪ ਆ ਜਿਹੜੇ ਉਹ ਰੈਸਕਿਊ ਕੀਤੇ ਨੇ ਅਤੇ ਇਹਦੀ ਪਹਿਚਾਣ ਇਹ ਹੈਗੀ ਆ ਕਿ ਇਹ ਕਾਲੇ ਰੰਗ ਦਾ ਹੋਏਗਾ ਜਿਹੜਾ ਮੌਸਮ ਦੇ ਚੇਂਜ ਜਾਂ ਵਾਤਾਵਰਨ ਦੇ ਚੇਂਜ ਜਾਂ ਜਗ੍ਹਾ ਦੇ ਚੇਂਜ ਕਰਨ ਇਹਦਾ ਡਾਰਕ ਚੌਕਲੇਟੀ ਕਲਰ ਵੀ ਹੋ ਸਕਦਾ ਇਹਦੇ ਸਿਰ ਨੂੰ ਛੱਡ ਕੇ ਪੂਰੇ ਸਰੀਰ ਦੇ ਉੱਤੇ ਤਕਰੀਬਨ 42 ਛੱਲੇ ਹੁੰਦੇ ਨੇ ਦੋ ਲਾਈਨਾਂ ਇੱਦਾਂ ਇੱਦਾਂ ਲਾਸਟ ਪੂਛ ਤੱਕ
ਇਹਦੇ 42 ਛੱਲੇ ਹੁੰਦੇ ਨੇ ਤੇ ਇਹਦੀ ਲੈਂਥ ਹੈ ਜਿਹੜੀ ਉਹ 4 ਫੁੱਟ ਦੇ ਕਰੀਬ ਹੁੰਦੀ ਆ ਇੱਕ ਪੂਰੇ ਬਾਲਗ ਸੱਪ ਦੀ ਜਿਹੜੀ ਹੈਗੀ ਆ ਲੰਬਾਈ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਮੂੰਹ ਹੈ ਜਿਹੜਾ ਉਹ ਗੁਲਾਬੀ ਰੰਗ ਦਾ ਹੋਏਗਾ ਅੰਦਰੋਂ ਬਾਹਰੋਂ ਕਾਲਾ ਹੀ ਹੋਏਗਾ ਮੂੰਹ ਗੁਲਾਬੀ ਰੰਗ ਦਾ ਹੋਏਗਾ ਜਿਹੜੀ ਜੀਭ ਹੈ ਉਹ ਵੀ ਹਲਕੇ ਗੁਲਾਬੀ ਰੰਗ ਦੀ ਹੋਏਗੀ ਤੇ ਬੜਾ ਸ਼ਾਂਤ ਸੁਸਤ ਸੁਭਾਅ ਦਾ ਸੱਪ ਹੈ ਦਿਨੇ ਇਹ ਬਿਲਕੁਲ ਮੂਵਮੈਂਟ ਨਹੀਂ ਕਰਦਾ ਰਾਤ ਨੂੰ ਇਹ ਬਹੁਤ ਜ਼ਿਆਦਾ ਫਰਤੀਲਾ ਹੋ ਜਾਂਦਾ ਔਰ ਸ਼ਿਕਾਰ ਨੂੰ ਵੀ ਇਹ ਰਾਤ ਨੂੰ ਹੀ ਆਪਦੇ ਨੂੰ ਭਾਲਦਾ ਇਹ ਦਿਨੇ ਕਿਤੇ ਲੁੱਕ ਕੇ ਬੈਠਾ ਰਹਿੰਦਾ ਰਾਤ ਨੂੰ ਇਹ ਜਿਹੜਾ ਹੈਗਾ ਕੋਈ ਚੂਹੇ ਜਾਂ ਇੱਦਾਂ ਦੇ ਸ਼ਿਕਾਰ ਹੈ ਉਹਨਾਂ ਨੂੰ ਇਹ ਲੱਭਣ ਲਈ ਨਿਕਲਦਾ ਤਾਂ ਜਿਹੜੇ ਜੇਕਰ ਇਹ ਘਰਾਂ ਵਗੈਰਾ 'ਚ ਹੋਵੇ ਤਾਂ ਇਹ ਕਿਉਂਕਿ ਇਹ ਜਿਹੜੇ ਸੱਪ ਹੁੰਦੇ ਨੇ ਕੋਲਡ ਬਲੱਡਡ ਹੁੰਦੇ ਆ ਇਨਸਾਨ ਦੀ ਤਰ੍ਹਾਂ ਨਹੀਂ ਹੁੰਦੇ ਵੀ ਆਪਦੀ ਹਾਂ ਇਹਨਾਂ ਦਾ ਖੂਨ ਠੰਡਾ ਹੁੰਦਾ ਕੋਲਡ ਬਲੱਡਡ ਹੁੰਦੇ ਨੇ ਤਾਂ ਹੀਟ ਲੈਣ ਖਾਤਰ ਗਰਮੀ ਦੇ ਖਾਤਰ ਜਿਹੜਾ ਖਾਸ ਕਰ ਇਨਸਾਨੀ ਬੋਡੀ ਹੈ ਜਿਹੜੀ ਸਰੀਰ ਹੈ ਉਹਦੀ ਇਹਨੂੰ ਗਰਮੀ ਬੜੀ ਪਸੰਦ ਹੈ ਤਾਂ ਇਹ ਬਿਸਤਰੇ 'ਚ ਆ ਜਾਂਦੇ ਨੇ ਉੱਥੇ ਆ ਕੇ ਛੁੱਪ ਜਾਂਦੇ ਨੇ ਇਹ ਤਾਂ ਛੁਪਿਆ ਹੋਇਆ ਆਪਦੀ ਇੱਕ ਸੁਰੱਖਿਆ ਖਾਤਰ ਪਰ ਇਨਸਾਨ ਜਦੋਂ ਪਾਸਾ ਲੱਗਦਾ ਇਹਨੂੰ ਲੱਗਦਾ ਕੋਮਨ ਗ੍ਰੇਵ ਨੂੰ ਵੀ ਮੇਰੇ 'ਤੇ ਹਮਲਾ ਹੋ ਗਿਆ ਤਾਂ ਇਹ ਦੰਦੀ ਭਰ ਲੈਂਦਾ ਇਹਦੇ ਦੰਦ ਬਹੁਤ ਜ਼ਿਆਦਾ ਮਾਹੀਨ ਹੁੰਦੇ ਆ ਛੋਟੇ ਹੁੰਦੇ ਆ ਬਹੁਤ ਜ਼ਿਆਦਾ ਜੇਕਰ ਡੈਂਟੀ ਇੱਦਾਂ ਇਹਦਾ ਮੂੰਹ ਖੋਲ੍ਹ ਕੇ ਲੱਭੀਏ ਤਾਂ ਬੜੀ ਮੁਸ਼ਕਲ ਨਾਲ ਇਹਦੇ ਦੰਦ ਜਿਹੜੇ ਫੈਂਗਸ ਹੁੰਦੇ ਆ ਕਿਉਂਕਿ ਅਸੀਂ ਲੋਕ ਦੇਸ਼ੀ ਭਾਸ਼ਾ 'ਚ ਅਸੀਂ ਦੰਦ ਕਹਿ ਦਿੰਦੇ ਹਾਂ ਬਸ ਮਤਲਬ ਸੂਈ ਦੀ ਤਰ੍ਹਾਂ ਨਹੀਂ ਜਲਦੀ ਸੂਈ ਤੋਂ ਵੀ ਜ਼ਿਆਦਾ ਤਿੱਖੇ ਹੁੰਦੇ ਆ ਜੀ ਪਤਾ ਹੀ ਨਹੀਂ ਲੱਗਦਾ ਇਨਸਾਨ ਨੂੰ ਵੀ ਮੇਰੇ ਡੰਗ ਵੱਜ ਗਿਆ ਤਾਂ ਉਹਦੇ ਜ਼ਹਿਰ ਇੰਜੈਕਟ ਹੋਣ ਤੋਂ ਬਾਅਦ ਜਿਹੜਾ ਹੈਗਾ ਜੇਕਰ ਨਾ ਇਲਾਜ ਮਿਲੇ ਤਾਂ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਇਨਸਾਨ ਦੀ ਮੌਤ ਹੋ ਜਾਂਦੀ ਹੈ ਅੱਛਾ ਤੁਸੀਂ ਨਾ ਜਿੱਦਾਂ ਸੱਪ ਫੜੇ ਵੀ ਇੰਨੇ ਹੈ ਨਾ ਹਰ ਤਰ੍ਹਾਂ ਦੇ ਤਾਂ ਤੁਸੀਂ ਐਕਸਪੈਰੀਮੈਂਟ ਵੀ ਕੀਤਾ ਹੋਣਾ ਜਿਵੇਂ ਆਮ ਸਾਡੇ ਲੋਕ ਕਹਿ ਦਿੰਦੇ ਨੇ ਸੁਸਾਇਟੀ ਦੇ ਵਿੱਚ ਜਿੱਥੇ ਸੱਪ ਆ ਗਿਆ ਉੱਥੇ ਬਹੁਤ ਵਾਰੀ ਹੋਇਆ ਜੀ ਮੈਂ ਮੇਰੀਆਂ ਲਾਈਵ ਵੀ ਦੇਖੀਆਂ ਹੁਣ ਕਿਸੇ ਨੇ ਕਿ ਉੱਥੇ ਨਾ ਮੈਂ ਜਦੋਂ ਜਾ ਕੇ ਦੇਖਦਾ ਵੀ ਕਿੱਥੇ ਜੀ ਸੱਪ ਕਹਿੰਦੇ ਜੀ ਆਹ ਅਲਮਾਰੀ 'ਚ ਸੱਪ ਹੈ ਉਹਦੇ ਮੂਹਰੇ ਜਾਂਦਾ ਧੂਫ ਦਿੱਤੀ ਵੀ ਹੁੰਦੀ ਆ ਗੂਗਲ ਦੀ ਜਾਂ ਉੱਥੇ ਦੁੱਧ ਦਾ ਕਟੋਰਾ ਰੱਖਿਆ ਹੁੰਦਾ ਮੈਂ ਕਿਹਾ ਜੀ ਆਹ ਕੀ ਕੀਤਾ ਕਹਿੰਦੇ ਜੀ ਇਹ ਫਿਰ ਦੁੱਧ ਰੱਖਿਆ ਹੋਇਆ ਜੀ ਉਹ ਨਾਗ ਦੇਵਤਾ ਜੀ ਬਾਬਾ ਜੀ ਨਾਗ ਵੀ ਨਹੀਂ ਨਾਂ ਵੀ ਨਹੀਂ ਲੈਂਦੇ ਸੱਪ ਨਹੀਂ ਕਹਿੰਦੇ ਉਹ ਬਾਬਾ ਜੀ ਫਿਰ ਬੈਠੇ ਨਾ ਦੁੱਧ ਰੱਖਿਆ ਮੈਂ ਕਿਹਾ ਦੁੱਧ ਮੈਨੂੰ ਦੇ ਦਿਓ ਪੀਣ ਨੂੰ ਮੈਂ ਇੰਨੀ ਭਕਾਈ ਕਰਕੇ ਆਇਆ ਨਾਲੇ ਕਹਿੰਦੇ ਜਿਹੜਾ ਦੁੱਧ ਆ ਤਾਂ ਉਹਨਾਂ ਨੂੰ ਅਸੀਂ ਸਹੀ ਨਹੀਂ ਮੈਂ ਉਸੇ ਗੱਲ ਤੇ ਹੁੰਦਾ ਸੀ ਸੱਪ ਨੂੰ ਕੱਚੀ ਲੱਸੀ ਦਾ ਛਿੱਟਾ ਸੱਪ ਦੇ ਲਈ ਗੂਗਲ ਤੇ ਧੂਫ ਸੱਪ ਦੇ ਲਈ ਕੋਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਅਸਰ ਨਹੀਂ ਕਰਦੀਆਂ ਸੱਪ ਨੂੰ ਦੁੱਧ ਪਿਲਾਉਣਾ ਜਿਹੜਾ ਹੈਗਾ ਮੌਤ ਦੇਣ ਦੇ ਬਰਾਬਰ ਹੈ ਕਿਉਂਕਿ ਦੁੱਧ ਆ ਜਿਹੜੀ ਉਹ ਸੱਪ ਦੀ ਖੁਰਾਕ ਨਹੀਂ ਹੈਗੀ ਕੈਲਸ਼ੀਅਮ ਜਿਹੜਾ ਹੈਗਾ ਕੈਲਸ਼ੀਅਮ ਜਿਹੜਾ ਹੈਗਾ ਸੱਪ ਡਾਈਜੈਸਟ ਨਹੀਂ ਕਰ ਪਾਉਂਦਾ ਜੇਕਰ ਕੈਲਸ਼ੀਅਮ ਨੂੰ ਮੈਂ ਕਿ ਦੁੱਧ ਨੂੰ ਪਿਆ ਵੀ ਦਿੱਤਾ ਜਾਵੇ ਸੱਪ ਨੂੰ ਤਾਂ ਉਹਦੇ ਅੰਦਰ ਜਿਹੜੀ ਇਨਫੈਕਸ਼ਨ ਹੋ ਜਾਂਦੀ ਆ ਕੁਛ ਘੰਟਿਆਂ 'ਚ ਸੱਪ ਦੀ ਮੌਤ ਹੋ ਜਾਂਦੀ ਆ ਜਾਂ ਤਾਂ ਸੱਪ ਉਹਦੀ ਉਲਟੀ ਕਰ ਦੂਗਾ ਜਾਂ ਮਲਮੂਤਰ ਨਹੀਂ ਕੱਢ ਦੂਗਾ ਜੇ ਅੰਦਰ ਰਹਿ ਗਿਆ ਤਾਂ ਲੀਵਰ ਇਨਫੈਕਸ਼ਨ ਨਾਲ ਸੱਪ ਜਿਹੜਾ ਮਰ ਜੂਗਾ ਸੱਪ ਕਦੇ ਬਦਲਾ ਨਹੀਂ ਲੈਂਦਾ ਸੱਪ ਕਦੇ ਫੋਟੋ ਨਹੀਂ ਖਿੱਚਦਾ ਕੋਈ ਉਹਦੇ ਕੈਮਰਾ ਨਹੀਂ ਲੱਗਿਆ ਅੱਖਾਂ ਦੇ ਵਿੱਚ ਅਤੇ ਸੱਪ ਜਿਹੜਾ ਤੁਹਾਡਾ ਪਿੱਛਾ ਨਹੀਂ ਕਰਦਾ ਵੀ ਜੇ ਮੈਂ ਇੱਥੇ ਖੜ੍ਹਾਂ ਤਾਂ ਸੱਪ ਉੱਥੇ ਬੈਠਾ ਤਾਂ ਉਹ ਮੇਰੇ ਕੋਲੇ ਨਹੀਂ ਆਊਗਾ ਮੈਂ ਉਹਦੇ ਕੋਲੇ ਜਾਊਂਗਾ ਤਾਂ ਉਹ ਪਿੱਛੇ ਹਟਦਾ ਜਾਊਗਾ ਵੀ ਇਹ ਨਹੀਂ ਹੈਗਾ ਮੈਂ ਤੁਰਿਆ ਆਉਣਾ ਤਾਂ ਮੇਰੇ ਮਗਰ ਮਗਰ ਤੁਰਿਆ ਆਊ ਕੁੱਤਾ ਜਾਂ ਬਿੱਲੀ ਜਿਵੇਂ ਮਗਰ ਅਟੈਕ ਕਰ ਦਿੰਦੀ ਹੈ ਤਾਂ ਸੱਪ ਦਾ ਬੀਨ ਨਾਲ ਵੀ ਕੋਈ ਸੰਬੰਧ ਨਹੀਂ ਹੈਗਾ ਕਿਉਂਕਿ ਉਹਦੇ ਕੰਨ ਨਹੀਂ ਹੁੰਦੇ ਉਹਨੂੰ ਬੀਨ ਨਾਲ ਜਿੰਨੇ ਮਰਜ਼ੀ ਰਾਗ ਕੱਢੀ ਜਾਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇੱਦਾਂ ਦੀਆਂ ਜਿਹੜੀਆਂ ਅਫਵਾਹਾਂ ਮਨਘੜੰਤ ਗੱਲਾਂ ਲੋਕਾਂ ਨੇ ਸਦੀਆਂ ਤੋਂ ਬਣੀਆਂ ਆਈਆਂ ਤਾਂ ਉਸੇ ਢੰਗ ਨਾਲ ਦੁਨੀਆ ਤਾਂ ਚੱਲੀ ਜਾਂਦੀ ਹੈ ਥੈਂਕ ਯੂ ਸੋ ਮਚ ਸਰ ਜਾਣਕਾਰੀ ਦੇਣ ਦੇ ਲਈ ਸੋ ਸਾਨੂੰ ਗੁਰਵਿੰਦਰ ਸ਼ਰਮਾ ਜੀ ਨੇ ਕਾਮਨ ਕ੍ਰੈਥ ਨਾਮ ਦੇ ਸੱਪ ਬਾਰੇ ਜਾਣਕਾਰੀ ਦਿੱਤੀ ਜਿਹਦੇ ਬਾਰੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਨੇ ਔਰ ਸਹੀ ਅਤੇ ਸਟੀਕ ਜਾਣਕਾਰੀ ਗੁਰਵਿੰਦਰ ਸ਼ਰਮਾ ਜੀ ਨੇ ਸਾਨੂੰ ਪਰਿੰਦੇ ਦੇ ਰਾਹੀਂ ਦਿੱਤੀ ਹੈ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਇਆ ਹੋਵੇਗਾ ਚੰਗਾ ਲੱਗਿਆ ਹੋਵੇਗਾ ਕਿਉਂਕਿ ਬੜਾ ਹੀ ਆਤੰਕ ਉਸ ਸੱਪ ਦੀ ਤਸਵੀਰ ਨੇ ਮਚਾਇਆ ਹੋਇਆ ਔਰ ਹਰੇਕ ਬੰਦੇ ਨੂੰ ਇਹੀ ਲੱਗਦਾ ਹੈ ਕਿ ਸ਼ਾਇਦ ਜਿਹੜਾ ਕਾਮਨ ਕ੍ਰੈਥ ਆ ਉਹ ਸਾਡੇ ਆਸ ਪਾਸ ਆ ਜਾਂ ਕਿਤੇ ਇੱਧਰ ਉੱਧਰੋਂ ਨਾ ਨਿਕਲੇ ਆਵੇ ਸੋ ਉਹਨਾਂ ਦੀ ਜਾਣਕਾਰੀ ਦੇਣ ਦਾ ਇਹੀ ਮਕਸਦ ਹੈ ਇਹੀ ਮਤਲਬ ਹੈ ਕਿ ਸਹੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਔਰ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਧੰਨਵਾਦ